ਮੰਗਾ ਸੀ ਜਿਹਨੂੰ ਲੈ ਕੇ ਮੁਲਾਜ਼ਮ ਵਰਗ ਵੱਲੋਂ ਜਿਹੜੇ ਕਿ ਆਮ ਪਾਰਟੀ ਦੇ ਆਫਿਸ ਵਿੱਚ ਆ ਕੇ ਮੈਡਮ ਮੰਜੂ ਰਾਣਾ ਜੀ ਦੇ ਨਾਮ 'ਤੇ ਜਿਹੜਾ ਮੰਗ ਪੱਤਰ ਦਿੱਤਾ, ਕੀ ਮੰਗਾ ਸੀ? ਬਿਲਕੁਲ ਜੀ, ਜਿਹੜੇ PRTC ਪਨਬੱਸ ਜਿਹੜੀ ਯੂਨੀਅਨ ਹੈਗੀ ਹੈ, ਕੰਟਰੈਕਟਰ ਜਿਹੜੇ ਦਿੱਤੇ ਰੱਖੇ ਗਏ ਡਰਾਈਵਰ ਐਂਡ ਕੰਟਰ, ਉਹਨਾਂ ਯੂਨੀਅਨ ਵੱਲੋਂ ਜੋ ਆਪਣੀਆਂ ਮੰਗਾਂ ਸੀਗੀਆਂ ਰੈਗੂਲਰ ਕਰਨ ਦੇ ਲਈ ਕਿ ਜਿਹੜੇ ਕੰਟਰੈਕਟ 'ਤੇ ਰੱਖੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਸੋ ਜੋ ਹੋਰ ਵੀ ਡਿਮਾਂਡਸ ਇਹਨਾਂ ਦੀਆਂ ਹੈਗੀਆਂ ਨੇ, ਸੋ ਉਹਨਾਂ ਨੂੰ ਅਸੀਂ ਐਜ਼ ਇਟ ਇਜ਼ ਮੁੱਖ ਮੰਤਰੀ ਸਾਹਿਬ ਤੱਕ ਅਤੇ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਤੱਕ ਪਹੁੰਚਾਇਆ ਜਾ, ਤਾਂ ਜੋ ਇਹਨਾਂ ਦੀ ਜਿਹੜੀ ਉਹ ਸੁਣਵਾਈ ਹੋ ਸਕੇ, ਕਿਉਂਕਿ ਇਹ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਉਹ ਮੰਗ ਕਰ ਰਹੇ ਨੇ, ਪਰ ਇਹਦੇ ਵਿੱਚ ਜਿਹੜਾ ਵਾ ਉਹ ਜੋ ਵੀ ਫੈਸਲਾ ਜਿਹੜਾ ਵਾ ਉਹ ਮੁੱਖ ਮੰਤਰੀ ਵੱਲੋਂ ਜਾਏਗਾ, ਤਾਂ ਜੋ ਸਾਨੂੰ ਇਹਨਾਂ ਨੇ ਮੰਗ ਪਾ ਦਿੱਤਾ ਅਸੀਂ ਇਹਨਾਂ ਦਾ ਉੱਥੇ ਤੱਕ ਐਜ਼ ਇਟ ਇਜ਼ ਹੀ ਉੱਥੇ ਪਹੁੰਚਾ ਦਿੱਤਾ ਜਾਵੇਗਾ, ਤਾਂ ਜੋ ਜਲਦ ਤੋਂ ਜਲਦ ਇਹਨਾਂ ਦੀ ਜਿਹੜੀ ਆ ਉਹ ਸੁਣਵਾਈ ਹੋ ਸਕੇ। ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਪੰਨੂ। ਸਰ, ਜਿਹੜਾ ਅੱਜ ਤੁਸੀਂ ਮੰਜੂ ਰਾਣਾ ਜੀ ਨੂੰ ਮੰਗ ਪੱਤਰ ਦਿੱਤਾ ਵਾ, ਤਾਂ ਕੀ ਮੰਗਾਂ ਸੀ ਜਿਹਨੂੰ ਲੈ ਕੇ ਤੁਸੀਂ ਇਹ ਮੰਗ ਪੱਤਰ ਦਿੱਤਾ? ਸਾਡੀਆਂ ਮੰਗਾਂ ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਜੋ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਜਿਹਦੇ ਵਿੱਚ ਅਕਾਲੀ ਦਲ ਸਰਕਾਰ ਆ ਗਈ ਅਤੇ ਕਾਂਗਰਸ ਸਰਕਾਰ ਆ ਗਈ, ਉਹਨਾਂ ਦੇ ਸਮੇਂ ਦੀਆਂ ਇਹ ਮੰਗਾਂ ਆ ਰਹੀਆਂ ਸੀ ਕਿ ਸਾਨੂੰ ਮਹਿਕਮੇ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਜਿਹੜੀਆਂ ਸਾਨੂੰ ਬਰਾਬਰ ਕੰਮ ਬਰਾਬਰ ਤਨਖਾਹ ਜਿਹੜੀ ਹੈ ਉਹ ਦਿੱਤੀ ਜਾਵੇ। ਇਹਨਾਂ ਕਾਫੀ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ ਸਮੇਂ ਦੇ ਵਿੱਚ ਨੋਟਿਸ ਦਿੱਤਾ ਹੋਇਆ ਮਹਿਕਮੇ ਨੂੰ, ਉਹਦੇ ਸੰਬੰਧ ਦੇ ਵਿੱਚ ਸਾਡੀਆਂ 2 ਮੀਟਿੰਗਾਂ ਹੋ ਚੁੱਕੀਆਂ, ਇੱਕ ਟਰਾਂਸਪੋਰਟ ਮੰਤਰੀ ਨਾਲ, ਟਰਾਂਸਪੋਰਟ ਸੈਕਟਰੀ ਜੀ ਨਾਲ, ਅਤੇ ਉਹਨਾਂ ਦੋਨਾਂ ਦੇ ਵਿੱਚ ਕੋਈ ਠੋਸ ਹੱਲ ਨਹੀਂ ਨਿਕਲਿਆ ਇਸ ਚੀਜ਼ ਦਾ, ਅਤੇ ਉਹਨਾਂ ਨੇ ਦੋਨਾਂ ਮੀਟਿੰਗਾਂ 'ਚ ਇਹੀ ਕਿਹਾ ਗਿਆ ਕਿ ਇਹ ਜਿਹੜਾ ਤੁਹਾਡਾ ਹੱਲ ਹੈ ਇਹ ਆਪਣੇ ਮੁੱਖ ਮੰਤਰੀ ਸਾਹਿਬ ਜੀ ਵੱਲੋਂ ਹੋਣਾ ਹੈ, ਅਤੇ ਇਸ ਕਰਕੇ ਅਸੀਂ ਅੱਜ ਇੱਥੇ ਆਮ ਆਦਮੀ ਦੇ ਦਫ਼ਤਰ ਆਏ ਹਾਂ ਇਹਨਾਂ ਨੂੰ ਮੰਗ ਪੱਤਰ ਦੇਣ ਕਿ ਜਿਹੜਾ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ 8, 9, 10 ਤਰੀਕ ਦੀ ਜਿਹੜੀ ਹੜਤਾਲ ਆ ਉਸ ਤੋਂ ਪਹਿਲਾਂ ਸਾਨੂੰ ਜਿਹੜਾ ਮੁੱਖ ਮੰਤਰੀ ਜੀ ਨਾਲ ਸਾਡੀ ਮੀਟਿੰਗ ਕਰਾ ਕੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ। ਸਾਡੀ ਮੇਨ ਮੰਗ ਤਾਂ ਇਹੀ ਹੈ ਜੀ, ਸਾਨੂੰ ਰੈਗੂਲਰ ਕੀਤਾ ਜਾਵੇ, ਅਤੇ ਜਿਹੜੇ ਸਾਡੇ ਨਜਾਇਜ਼ ਕੰਡੀਸ਼ਨਾਂ ਲਾ ਕੇ ਬੰਦੇ ਕੱਢੇ ਗਏ ਨੇ 2014 ਦੇ ਵਿੱਚ, ਇੱਕ ਇਹਨਾਂ ਨੇ ਆਪਣੇ ਲੈਵਲ 'ਤੇ ਕੰਡੀਸ਼ਨਾਂ ਬਣਾ ਦਿੱਤੀਆਂ ਸੀ ਮਹਿਕਮੇ ਦੇ ਵਿੱਚ ਕਿ ਕਿਸੇ ਦੀ ਵੀ ਛੋਟੀ ਮੋਟੀ ਰਿਪੋਰਟ ਕਰਕੇ ਤਾਂ ਉਹਨੂੰ ਮਹਿਕਮੇ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਸੀ ਕਿ ਉਹ ਕੰਡੀਸ਼ਨਾਂ ਖਤਮ ਕੀਤੀਆਂ ਜਾਣ, ਤਾਂ ਜੋ ਅਸੀਂ ਜਿਹੜੇ ਵਧੀਆ ਮਾਹੌਲ ਦੇ ਵਿੱਚ ਆਪਣੀ ਨੌਕਰੀ ਕਰ ਸਕੀਏ। ਮੇਨ ਸਾਡੀਆਂ ਇਹੀ ਮੰਗਾਂ, ਸਾਨੂੰ ਰੈਗੂਲਰ ਕੀਤਾ ਜਾਵੇ। Subscribe to our YouTube channel News DNN by clicking the bell icon. Don't forget to like, comment and share.